ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਤ ਲੈ ਕੇ ਹਾਜ਼ਰ ਹਾਂ ਖਰੀਆਂ 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 ਦੇ ਵਿੱਚ ਚੱਲਦੇ ਹਾਂ ਜੀ ਲੋਕ ਸਭਾ ਹਲਕਾ ਫਰੀਦਕੋਟ ਮੁਹੰਮਦ ਸਦੀਕ ਸਾਹਿਬ ਨੂੰ ਲੋਕਾਂ ਨੇ ਇੱਕ ਇੱਕ ਵੋਟ ਦੇ ਕੇ ਜਿਤਾ ਕੇ ਉਸ ਨੂੰ ਪਾਰਲੀਮੈਂਟ ਭੇਜਿਆ ਪਾਰਲੀਮੈਂਟ ਵਿੱਚ ਇਸ ਕਰਕੇ ਭੇਜਿਆ ਕਿ ਉੱਥੇ ਜਾ ਕੇ ਸਾਡੇ ਜਿਹੜੇ ਪਰਸਨਲ ਮੁੱਦੇ ਨੇ ਸਾਡੇ ਆਵਾਮ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੁੱਕਣ ਔਰ ਸਾਨੂੰ ਉਹਨਾਂ ਮੁੱਦਿਆਂ ਤੋਂ ਛੁਟਕਾਰਾ ਮਿਲ ਸਕੇ ਔਰ ਇਸ ਸੰਬੰਧ ਵਿੱਚ ਖੁਦ ਮੁਹੰਮਦ ਸਦੀਕ ਜਿਹੜੇ ਕਿ ਇੱਕ ਬਹੁਤ ਵਧੀਆ ਗਾਇਕ ਨੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਤੁਹਾਡੀ ਇੱਕ ਇੱਕ ਸਮੱਸਿਆ ਨੂੰ ਲੋਕ ਸਭਾ ਵਿੱਚ ਚੁੱਕਾਂਗਾ ਪਰ ਹੋਇਆ ਕੀ ਹੈ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਔਰ ਮੁਹੰਮਦ ਸਦੀਕ ਸਾਹਿਬ ਸੁੱਤੇ ਪਏ ਸਨ ਮੁਹੰਮਦ ਸਦੀਕ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਸੁੱਤੇ ਪਏ ਸਨ ਔਰ ਸੁੱਤੇ ਹੋਣ ਦੀ ਜਿਹੜੀ ਵੀਡੀਓ ਆ ਉਹ ਹੋ ਗਈ ਕੈਮਰੇ ਵਿੱਚ ਕੈਦ ਤੁਸੀਂ ਵੀ ਵੀਡੀਓ ਵੇਖ ਸਕਦੇ ਹੋ ਵਾਕਈ ਦੋਸਤੋ ਨੇਤਾ ਲੋਕ ਜਿਹੜੇ ਨੇ ਉਹਨਾਂ ਦੇ ਵੀ ਕਈ ਪ੍ਰਕਾਰ ਦੇ ਚਿਹਰੇ ਨੇ ਆਵਾਮ ਦੇ ਸਾਹਮਣੇ ਹੋ ਰਿਹਾ ਪਰਿਵਾਰ ਦੇ ਸਾਹਮਣੇ ਹੋ ਰਿਹਾ ਮੰਤਰੀਆਂ ਦੇ ਸਾਹਮਣੇ ਹੋ ਰਿਹਾ ਮਤਲਬ ਹਰ ਪ੍ਰਕਾਰ ਦਾ ਚਿਹਰਾ ਉਹ ਇਸਤੇਮਾਲ ਕਰਦੇ ਨੇ ਹੁਣ ਸਦੀਕ ਸਾਹਿਬ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਹੈ ਉਹਨਾਂ ਦੇ ਮੁੱਦੇ ਤੁਸੀਂ ਕੀ ਚੁੱਕੋਗੇ ਤੁਸੀਂ ਤਾਂ ਆਪ ਹੀ ਲੋਕ ਸਭਾ ਦੀ ਸੀਟ ਜਿੱਤਣ ਤੋਂ ਬਾਅਦ ਜਾ ਕੇ ਪਾਰਲੀਮੈਂਟ ਵਿੱਚ ਸੌ ਗਏ ਹਾਂ ਹੁਣ ਤੁਹਾਨੂੰ ਲੋਕਾਂ ਨੂੰ ਜਵਾਬ ਦੇਣਾ ਪਏਗਾ ਔਰ ਕਾਂਗਰਸ ਤਾਂ ਵੈਸੇ ਹੀ ਪੰਜਾਬ ਵਿੱਚ ਜੋ ਕਰ ਰਹੀ ਹੈ ਉਹ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਤੁਸੀਂ ਜਦੋਂ ਵੀ ਸੰਸਦ ਤੋਂ ਆਪਣੇ ਹਲਕੇ ਵਿੱਚ ਆਏ ਤਾਂ ਲੋਕ ਤੁਹਾਨੂੰ ਪ੍ਰਸ਼ਨ ਕਰਨਗੇ ਕਿ ਸਦੀਕ ਸਾਹਿਬ ਤੁਸੀਂ ਮੁੱਦੇ ਕੀ ਚੁੱਕਣੇ ਸੀ ਤੁਸੀਂ ਤਾਂ ਆਪ ਹੀ ਜਾ ਕੇ ਸੌ ਗਏ एवन पंजाबी की नई अपडेट जानने के लिए बेल आइकन पर क्लिक करें और एवन पंजाबी को सब्सक्राइब करें।